ਸਤਿ ਸ਼੍ਰੀ ਅਕਾਲ ਜੀ, ਮੈਂ ਚੇਤਨ ਕਸ਼ਯਪ ਅਤੇ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਅਖਬਾਰਾਂ 'ਚ ਬਿਆਨ ਵੀ ਦਿੱਤੇ ਜਾਂਦੇ ਨੇ ਮੰਤਰੀਆਂ ਵੱਲੋਂ, ਸਰਕਾਰਾਂ ਵੱਲੋਂ, ਪਰ ਜੇਕਰ ਵਿਕਾਸ ਦੇ ਦਾਅਵਿਆਂ ਦੀ ਅਸਲ ਤਸਵੀਰ ਗਰਾਊਂਡ ਲੈਵਲ 'ਤੇ ਜਾ ਕੇ ਦੇਖੀਏ ਜਾਵੇ ਤਾਂ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਸਿਰਫ ਔਰ ਸਿਰਫ ਹਵਾਈ ਹੀ ਸਾਬਤ ਹੁੰਦੇ ਨੇ। ਅਸੀਂ ਇਸ ਸਮੇਂ ਗੌਰਮੈਂਟ ਕਾਲਜ ਦੇ ਨਜ਼ਦੀਕ ਖੜ੍ਹੇ ਹਾਂ, ਜਿੱਥੇ ਕਿ ਸੜਕ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਬਣੀ ਹੋਈ ਹੈ ਔਰ ਜਿਹੜੀ ਇੱਥੇ ਦੀ ਸੜਕ ਆ ਔਰ ਉਹ ਆਪਣੀ ਹਾਲਤ 'ਤੇ ਹੰਝੂ ਵਹਾ ਰਹੀ ਹੈ। ਸਾਡੇ ਨਾਲ ਕੁਝ ਸਥਾਨਕ ਵਾਸੀ ਦੁਕਾਨਦਾਰ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਦੇ ਹਾਂ ਕੀ ਦੁੱਖ ਤਕਲੀਫਾਂ ਨੇ ਇਹਨਾਂ ਨੂੰ। ਹਾਂਜੀ ਸਰ, ਕੀ ਨਾਮ ਜੀ ਆਪਣਾ? ਮੇਰਾ ਯਸ਼ਪਾਲ ਜੀ। ਹਾਂਜੀ ਯਸ਼ਪਾਲ ਜੀ, ਕੀ ਪ੍ਰੋਬਲਮ ਆ ਜੀ? ਪ੍ਰੋਬਲਮ ਕੀ ਹੈ ਜੀ, ਇੱਥੇ ਖੱਡੇ ਪਏ ਹੋਏ ਆ, ਉਹ ਬਹੁਤ ਦੇਰ ਤੋਂ ਖੱਡੇ ਚੱਲਦੇ ਪਏ, 6 ਮਹੀਨੇ ਹੋ ਗਏ ਘੱਟੋ ਘੱਟ। ਕਦੋਂ ਮੀਂਹ ਆਉਂਦਾ ਆ, ਮਿੱਟੀ ਵਾਲੇ ਆਉਂਦੇ ਆ, ਮਿੱਟੀ ਪਾ ਕੇ ਚੱਲ ਜਾਂਦੇ, ਖੱਡੇ ਪੂਰ ਜਾਂਦੇ, ਮਿੱਟੀ ਸਾਡੇ ਸਿਰ ਸਵਾਹ ਪੈਂਦੀ ਰਹਿੰਦੀ ਹਰ ਵੇਲੇ। ਫਿਰ ਤੀਜੇ ਦਿਨ ਮੀਂਹ ਆਉਂਦਾ, ਫਿਰ ਇਹੀ ਹਾਲ ਹੋ ਜਾਂਦੇ ਆ। ਅੱਗੇ ਪੁਲਿਸ ਦੀ ਧਮਕੀ ਦਿੰਦੇ ਰਹਿੰਦੇ ਆ ਵੀ ਪੁਲਿਸ ਵਾਲੀ ਆਊਗੀ ਨਾਲ, ਸੜਕ ਬਣਾਉਣ ਆਉਂਦੇ ਆ, ਲੁੱਕ ਤੋਂ ਬਿਨਾਂ ਪਾ ਜਾਂਦੇ ਆ, ਸੜਕ ਸੁੜਕ ਬੰਦੀ ਕੱਖ ਨਹੀਂ ਉਹ ਵਾਲੀ। ਤੀਜੇ ਦਿਨ ਫਿਰ ਟੁੱਟ ਜਾਂਦੀ ਆ, 6 ਮਹੀਨੇ ਤੋਂ ਇਹੀ ਕੰਮ ਹੋਈ ਜਾਂਦਾ ਪਿਆ। ਤਕੀਰ ਆ ਐਡਮਿਨਿਸਟ੍ਰੇਸ਼ਨ ਨੂੰ, ਇਹ ਸੜਕ ਠੀਕ ਕੀਤੀ ਜਾਵੇ, ਅਸੀਂ ਬੜੇ ਧੰਨਵਾਦੀ ਹੋਵਾਂਗੇ। ਲਾਸਟ ਟਾਈਮ ਕਦੋਂ ਬਣੀ ਸੀਗੀ ਇਹ ਸੜਕ? ਹਲੇ 20 ਦਿਨ ਹੋਏ ਆ ਜੀ, ਫਿਰ ਖੱਡੇ ਪੈ ਗਏ ਇੱਥੇ ਜੀ, 20 ਦਿਨਾਂ ਬਾਅਦ ਖੱਡੇ, 10 ਦਿਨਾਂ ਬਾਅਦ ਖੱਡੇ ਆਉਂਦੇ, ਮਿੱਟੀ ਪਾ ਕੇ ਚੱਲ ਜਾਂਦੇ ਆ ਜੀ। ਕਦੇ ਕੋਈ ਸ਼ਿਕਾਇਤ ਕੀਤੀ ਤੁਸੀਂ ਕਿਹੜੇ ਮਹਿਕਮੇ 'ਚ? DC ਸਾਹਿਬ ਹਰ ਵੇਲੇ ਇੱਥੋਂ ਲੰਘਦੇ ਆ, ਸਾਡੇ ਮਿਨਿਸਟਰ ਹਰ ਵੇਲੇ ਇੱਥੇ ਲੰਘਦੇ, ਉਹਦੀ ਅੱਖਾਂ ਸਾਹਮਣੇ ਹੁੰਦੀ ਪਈ ਸੜਕ ਦਾ ਕੀ ਹਾਲ ਆ। ਇਹ VIP ਰੋਡ ਆ, VIP ਰੋਡ ਦਾ ਹਾਲ ਆ, ਬਾਕੀ ਰੋਡਾਂ ਦਾ ਕੀ ਹਾਲ ਕਰਦੇ ਹੋਣੇ ਆ ਵਾਲੇ ਜੀ। ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਰ, ਕੀ ਨਾਮ ਜੀ ਆਪਣਾ? ਸਰ ਗੌਰਵ। ਅਤੇ ਗੌਰਵ ਜੀ, ਕਿੰਨੇ ਚਿਰ ਤੋਂ ਉੱਥੇ ਦੁਕਾਨ ਕਰ ਰਹੇ ਤੁਸੀਂ? 3 ਸਾਲ ਹੋ ਗਿਆ ਜੀ। 3 ਸਾਲ ਤੋਂ ਦੁਕਾਨ ਕਰ ਰਹੇ, ਕਾਹਦਾ ਕੰਮ ਆਪਣਾ? ਸਲੂਨ ਦਾ ਜੀ। ਸਲੂਨ ਦਾ, ਤਾਂ ਗੌਰਵ ਜੀ ਕੀ ਕਹਿਣਾ ਚਾਹੋਗੇ ਸੜਕ? ਇਹ ਕਹਿਣਾ ਚਾਹੁੰਦਾ ਜੀ, ਕਿੰਨੀ ਦੇਰ ਹੋ ਗਈ ਆ, ਥੋੜ੍ਹੀ ਸੜਕ ਪਾ ਜਾਂਦੇ ਆ, ਦੁਬਾਰਾ 'ਤੇ ਫੇਰ ਖੱਡੇ ਹੋ ਜਾਂਦੇ ਆ। ਹੁਣ ਤਾਂ ਬਿਲਕੁਲ ਦੁਕਾਨ ਦੇ ਬਿਲਕੁਲ ਸਾਹਮਣੇ ਆ, ਪੱਥਰ ਪੁੱਥਰ ਸਾਰੇ ਵੱਜਦੇ, ਗਿੰਨੀ ਵੀ ਮੁੱਟੀ ਹੁੰਦੀ ਸਾਰੀ ਚੀਜ਼ ਅੰਦਰ, ਸ਼ੀਸ਼ੇ ਵੀ ਟੁੱਟਦੇ ਆ। ਕਿੰਨੀ ਦੇਰ ਹੋ ਗਈ ਇਹਨਾਂ ਨੂੰ? ਪਿਛਲੇ ਆਪ ਪਹਿਲਾਂ ਬਣ ਗਈ ਸੀ ਥੋੜ੍ਹੀ ਕੁ, ਅੱਧੀ ਫੇਰ ਰੋਕ ਦਿੱਤੀ ਆ, ਪੂਰੀ ਬਣ ਨਹੀਂ ਦਿੱਤੀ, ਅੱਧੀ ਰੁਕ ਗਈ ਉੱਥੇ ਤੱਕ। ਕੀ ਵਜ੍ਹਾ ਇਹ ਕਿ ਅੱਧੀ ਬਣ ਜਾਂਦੀ, ਪੂਰੀ ਕਿਉਂ ਨਹੀਂ ਬਣਦੀ? ਕੀ ਲੱਗਦਾ ਤੁਹਾਨੂੰ, ਕੀ ਕਾਰਨ ਹੈ ਇਹਦਾ? ਪਤਾ ਨਹੀਂ, ਪਿੱਛੇ ਕਹਿੰਦੇ ਸੀ ਕਿ ਆ ਮੱਲਾ ਨੀਵਾਂ ਆ, ਤਾਂ ਕਰਨ ਕਹਿੰਦੇ ਸੀ ਕਿ ਪਾਣੀ ਪਿੱਛੇ ਜਾਂਦਾ ਆ ਤਾਂ ਨਹੀਂ ਬਣਦੀ। ਇਸ ਤੋਂ ਬਾਅਦ ਉਹਨਾਂ ਨੇ ਕੋਈ ਸਥਾਈ ਹੱਲ ਨਹੀਂ ਕੱਢਿਆ ਇਸ ਚੀਜ਼ ਦਾ? ਕੁਛ ਨਹੀਂ ਕੱਢਿਆ, ਮਿੱਟੀ ਪਾ ਜਾਂਦੇ, ਅੱਜ ਵੀ ਮਿੱਟੀ ਪਾਈ ਉਹ ਦੇਖ ਲਓ, ਅੱਜ ਵੀ ਮਿੱਟੀ ਪਾ ਕੇ ਚਲ ਗਏ ਆ। ਕੀ ਮੰਗ ਕਰਦੇ ਤੁਸੀਂ? ਕਿ ਬਣ ਜਾਵੇ ਤਾਂ ਵਧੀਆ ਜੀ, ਸ਼ੀਸ਼ੇ ਟੁੱਟਦੇ, ਮਿੱਟੀ ਦੇਖ ਲਓ ਕਿੰਨੀ ਹੈ ਜੀ ਰੋਡ 'ਤੇ, ਪੱਥਰ ਸਾਰੇ ਵੱਜਦੇ ਦੁਕਾਨ ਦੇ, ਟੋਏ ਦੇਖ ਲਓ ਪਾਣੀ ਕਿੰਨਾ ਭਰਿਆ ਪਿਆ, ਆਹ ਹੀ ਹੈ ਕਿ ਇਹ ਬਣ ਜਾਵੇ ਤਾਂ ਵਧੀਆ। ਹਾਂਜੀ ਸਰ, ਕੀ ਨਾਮ ਜੀ? ਮੇਰਾ ਨਾਮ ਰਜਿੰਦਰ ਕੁਮਾਰ, ਗੌਰਮੈਂਟ ਕਾਲਜ ਰੋਡ 'ਤੇ ਆਟਾ ਚੱਕੀ ਆ। ਰਜਿੰਦਰ, ਕੀ ਕਹਿਣਾ ਚਾਹੋਗੇ ਸੜਕ ਦੀ ਹਾਲਤ 'ਤੇ? ਇਹ ਸੜਕ ਦੀ ਹਾਲਤ ਦੇ ਮੈਂ ਕਹਿੰਦੇ ਚਾਹੁੰਦਾ ਹਾਂ ਕਿ ਇੱਥੇ ਹਰ ਰੋਜ਼ ਕੋਈ ਨਾ ਕੋਈ ਸਕੂਟਰ ਵਾਲਾ, ਕੋਈ ਮੈਡਮਾਂ ਐਕਟਿਵਾ ਦੇ ਰੋਜ਼ ਐਕਸੀਡੈਂਟ ਹੁੰਦਾ, ਦੁਕਾਨਾਂ 'ਤੇ ਸ਼ੀਸ਼ੇ ਟੁੱਟਦੇ ਆ, ਅਤੇ ਅੱਜ 6-7 ਮਹੀਨੇ ਹੋ ਗਏ ਆ, ਇੱਥੇ ਮਲਬਾ ਪਾ ਕੇ ਸਾਰ ਜਾਂਦੇ ਆ, ਕੋਈ ਸੜਕ ਨਹੀਂ ਬਣਦੀ, ਕੁਛ ਨਹੀਂ ਬਣਦਾ, ਇੱਥੇ ਹਾਲਤ ਸੜਕ ਦੀ ਬਹੁਤ ਮਾੜੀ ਆ, ਐਕਸੀਡੈਂਟ ਰੋਜ਼ ਹੁੰਦੇ ਆ, 108 'ਤੇ ਅਸੀਂ ਐਂਬੂਲੈਂਸ ਬੁਲਾਉਂਦੇ ਹਾਂ। ਅਤੇ ਇਹ ਰੋਡ ਆ ਜਿਹੜਾ ਸਾਰੇ ਮਿਨਿਸਟਰਾਂ ਦਾ ਜਾਣਦਾ, ਇੱਥੋਂ DC ਲੰਘਦੇ ਆ, ਸਾਰੇ ਹੀ ਲੰਘਦੇ ਆ, ਪਰ ਇਹ ਰੋਡ 'ਤੇ ਕਿਸੇ ਦੀ ਨਿਗਾਹ ਨਹੀਂ ਪੈਂਦੀ, ਉਹਨਾਂ ਦੀਆਂ ਵੀ ਗੱਡੀਆਂ ਬਹੁਤ ਬੁਰੀ ਤਰ੍ਹਾਂ ਭੱਜ ਕੇ ਜਾਂਦੀਆਂ, ਪਰ ਉਹ ਧਿਆਨ ਨਹੀਂ ਦਿੰਦੇ ਰੋਡ ਦੇ ਉੱਤੇ, ਗੌਰਮੈਂਟ ਕਾਲਜ ਰੋਡ 'ਤੇ। ਸਰ, ਕਿ ਸਰਕਾਰਾਂ ਵੱਲੋਂ ਅਕਸਰ ਰੋਜ਼ਾਨਾ ਬਿਆਨ ਆਉਂਦੇ ਅਖਬਾਰਾਂ 'ਚ ਕਿ ਬਹੁਤ ਵੱਡੇ ਪੱਧਰ 'ਤੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਆ, ਇਹਦੇ ਬਾਰੇ ਕੀ ਟਿੱਪਣੀ ਕਰੋਗੇ? ਇੱਕ ਸਾਰੇ ਕਾਗਜ਼ੀ ਕਾਰਵਾਈਆਂ 'ਤੇ ਚੱਲਦਾ ਆ, ਅਤੇ ਕੋਈ ਵਿਕਾਸ ਨਾ ਕੋਈ ਦੀਦਾ ਨਹੀਂ ਪਿਆ, ਕਿਸੇ ਵੀ ਰੋਡ ਦੇ ਉੱਤੇ ਨਹੀਂ ਦੀਦਾ ਪਿਆ, ਕੁਛ ਨਹੀਂ ਦੀਦਾ ਪਿਆ ਵਿਕਾਸ ਨਾਲ, ਇਕੱਲੇ ਰੋਡ 'ਤੇ ਕੋਈ ਵੀ ਵਿਕਾਸ ਨਹੀਂ ਹੋਇਆ, ਕੁਛ ਨਹੀਂ ਹੋਇਆ। ਇਹ ਗੌਰਮੈਂਟ ਕਾਲਜ ਜਿਹੜਾ ਰੋਡ ਆ, ਮੇਨ ਰੋਡ ਵਾ, ਇਹ ਰੋਡ ਦੇ ਨਹੀਂ ਵਿਕਾਸ ਹੋਇਆ ਤਾਂ ਹੋਰ ਬਾਕੀ ਅਸੀਂ ਕਿਸੇ ਰੋਡ ਨੂੰ ਕੀ ਲਵਾਂਗੇ? ਪਿਛਲੇ ਕਿੰਨੇ ਸਮੇਂ ਤੋਂ ਇਹ ਹਾਲਤ ਬਣੀ ਹੋਈ ਸੀ? ਇਹ 6-7 ਮਹੀਨੇ ਤੋਂ ਆਏ। 6-7? ਹਾਂਜੀ ਹਾਂਜੀ। ਬਿਨਾਂ ਮੰਗ ਕਰਦੇ? ਮੰਗ ਇਹੀ ਕਰਦੇ ਆ, ਜਿਹੜੇ ਰੋਜ਼ ਐਕਸੀਡੈਂਟ ਹੁੰਦੇ ਆ ਜਾਂ ਸ਼ੀਸ਼ੇ ਦੁਕਾਨਾਂ 'ਤੇ ਟੁੱਟਦੇ ਆ, ਇਹ ਨਾ ਟੁੱਟਣ, ਇਹ ਸੜਕ ਨੂੰ ਬਣਾਇਆ ਜਾਵੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਰੋਡ ਦਾ ਜੀ ਬਹੁਤ ਮਾੜਾ ਹਾਲਾਤ ਆ, ਆਪਾਂ ਕਈ ਵਾਰੀ ਆਲੇ ਦੁਆਲੇ ਕਿਹਾ ਕਈਆਂ ਨੂੰ, ਕੋਈ ਸੁਣਵਾਈ ਨਹੀਂ ਹੁੰਦੀ। ਖੱਡੇ ਇੰਨੇ ਇੰਨੇ ਵੱਡੇ ਵੱਡੇ ਖੱਡੇ ਪਏ ਵਾ, ਇਹ 'ਚ ਗੱਡੀਆਂ ਸਕੂਟਰ ਡਿੱਗਦੇ ਆ, ਆਉਣ ਦੁਆਲੇ ਗੱਡੀਆਂ ਡਿੱਗਦੀਆਂ ਆ, ਸਾਡੀਆਂ ਦੁਕਾਨਾਂ 'ਤੇ ਕਈ ਵਾਰ ਸ਼ੀਸ਼ੇ ਭੰਨ ਚੁੱਕੇ, 5-7 ਅਸੀਂ ਸ਼ੀਸ਼ੇ ਪਵਾ ਚੁੱਕੇ ਵਾਂ,
ਪਰ ਪ੍ਰਸ਼ਾਸਨ ਇੱਥੇ ਖਮੋਸ਼ ਬੈਠਾ ਜੀ। ਸਾਡੀ ਇਹੀ ਅਪੀਲ ਆ ਕਿ ਸਾਡੇ ਇਹਦਾ ਕੋਈ ਸੋਚਿਆ ਜਾਵੇ, ਰੋਡ ਬਣਾਇਆ ਜਾਵੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੀ ਖੋਜ ਖਬਰ ਲੈਣ ਆਏ ਹਾਂ ਕਿ ਸਾਡੀਆਂ ਸ਼ਹਿਰ ਦੀਆਂ ਸੜਕਾਂ ਦਾ ਕੀ ਹਾਲ ਹੈ। ਬੋਲੇ ਉਹ ਸੜਕ ਹੈ ਜਿਹੜੀ ਸਭ ਤੋਂ ਜ਼ਿਆਦਾ ਬਿਜ਼ੀ ਰਹਿੰਦੀ ਹੈ। ਇੱਕ ਤੋਂ ਇੱਕ ਵੱਡਾ ਆਫਿਸਰ MP MLA ਸੜਕ ਤੋਂ ਗੁਜ਼ਰ ਕੇ ਜਾਂਦਾ, ਔਰ ਤਕਰੀਬਨ ਜੁਡੀਸ਼ਰੀ ਨਾਲ ਸੰਬੰਧਿਤ ਸਾਰੇ ਵੱਡੇ ਵੱਡੇ ਅਫਸਰ ਇਸ ਸੜਕ ਤੋਂ ਉਹਨਾਂ ਦਾ ਲੰਘਾ ਹੈ। ਅਤੇ ਸਾਨੂੰ ਤਾਂ ਇਹੀ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਇਸ ਸੜਕ ਦੀ ਇੰਨੀ ਮਾੜੀ ਹਾਲਤ ਹੈ ਕਿ ਡੇਢ ਡੇਢ ਦੋ ਦੋ ਫੁੱਟ ਦੇ ਖੱਡੇ ਪਏ ਹੋਏ ਆ, ਅਤੇ ਨਾਲ ਜਨਜੀਵਨ ਨੂੰ ਕਿੰਨਾ ਨੁਕਸਾਨ ਹੁੰਦਾ ਜਦੋਂ ਕਿਸੇ ਨੂੰ ਅਚਾਨਕ ਫਾਸਟ ਚੱਲਦੇ ਪਏ ਨੂੰ ਅੱਗੇ ਖੱਡਾ ਨਜ਼ਰ ਆਉਂਦਾ, ਬ੍ਰੇਕ ਲਾਉਂਦਾ ਪਿੱਛੋਂ ਆ ਕੇ ਦੂਸਰਾ ਉਹਦੇ ਠੁੱਕ ਜਾਂਦਾ, ਅਤੇ ਇਹਦੇ ਨਾਲ ਮਤਲਬ ਕਾਫੀ ਜਾਨ ਮਾਲ ਦਾ ਵੀ ਨੁਕਸਾਨ ਹੋ ਸਕਦਾ। ਅਤੇ ਸਾਰੀਆਂ ਚੀਜ਼ਾਂ ਨੂੰ ਨਜ਼ਰ 'ਚ ਰੱਖਦੇ ਹੋਏ ਪ੍ਰਸ਼ਾਸਨ ਨੂੰ ਚਾਹੀਦਾ, ਜਾਵੇ ਜੋ ਵੀ ਸੰਬੰਧਿਤ ਅਦਾਰੇ ਹੈਗੇ ਆ ਉਹਨਾਂ ਨੂੰ ਚਾਹੀਦਾ ਇੱਕ ਵਾਰ ਆ ਕੇ ਖਬਰ 'ਤੇ ਲੈਣ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਪਾਸਾ ਉੱਚਾ ਸੜਕ ਅੱਧੀ ਬਣਾ ਕੇ ਚਲੇ ਗਿਆ, ਇੱਕ ਪਾਸਾ ਨੀਵਾਂ, ਉਹ ਜਿਹੜਾ ਵਿੱਚ ਫਰਕ ਪੈ ਜਾਂਦਾ, ਉੱਚਾਈ ਵੱਧ ਜਾਂਦੀ ਹੈ, ਉਹ ਤੋਂ ਸਕਿੱਟ ਹੋ ਕੇ ਟੂ ਵੀਲਰ ਵਾਲਾ ਤਾਂ ਸ਼ਰੇਆਮ ਡਿੱਗ ਹੀ ਸਕਦਾ। ਉਹਦੇ ਲਈ ਸਭ ਤੋਂ ਵੱਡਾ ਖਤਰਾ, ਕਿਉਂਕਿ ਉਹ ਇੱਕ ਪਾਸੇ ਤੋਂ ਜਦੋਂ ਦੂਸਰੇ ਪਾਸੇ ਨੂੰ ਆਪਣੀ ਗੱਡੀ ਮੋੜਦਾ ਉੱਥੋਂ ਤਿਲਕ ਕੇ ਉਹ ਕਈ ਵਾਰ ਇੱਥੇ ਐਕਸੀਡੈਂਟ ਦਾ ਸ਼ਿਕਾਰ ਹੋਇਆ। ਇਹ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਹੈ ਕਿ ਕੋਈ ਇੱਥੇ ਦੀ ਸਾਰ ਲੈਣ ਵਾਲਾ ਨਹੀਂ। ਇੱਕ ਪਾਸਾ ਸੜਕ ਦਾ ਉੱਚਾ, ਇੱਕ ਨੀਵਾਂ, ਉਹ ਨਾਲ ਪਾਣੀ ਦੀਆਂ ਪ੍ਰੋਬਲਮਸ ਕਿੰਨੀਆਂ ਆ ਗਈਆਂ, ਕਿਸੇ ਦੇ ਘਰਾਂ 'ਚ ਪਾਣੀ ਵੜ ਗਿਆ, ਕਿਸੇ ਦੇ ਅੰਦਰ ਪੂਰਾ ਹਾੜੀ ਚਲਾ ਗਿਆ। ਇਹ ਸਾਰੀਆਂ ਬਹੁਤ ਵੱਡੀਆਂ ਗੱਲਾਂ ਹੈਗੀਆਂ। ਬਾਕੀ ਟ੍ਰੈਫਿਕ ਨਾਲ ਸੰਬੰਧਿਤ ਜਿਹੜਾ ਕੰਮ ਹੈਗਾ ਉਹਨੂੰ ਤਾਂ ਬਹੁਤ ਹੀ ਵੱਡਾ ਇੱਥੇ ਨੁਕਸਾਨ ਹੈਗਾ। ਗੱਡੀਆਂ ਦੀ ਵੀ ਤੁਸੀਂ ਦੇਖ ਲਓ ਵੀ ਜਦੋਂ ਇੱਦਾਂ ਦੀਆਂ ਬੁਰੀਆਂ ਹਾਲਤਾਂ ਦੀਆਂ ਸੜਕਾਂ ਦੇ ਵਿੱਚ ਗੱਡੀਆਂ ਚੱਲਣਗੀਆਂ ਅਤੇ ਉਹਨਾਂ ਨੂੰ ਵੀ ਨੁਕਸਾਨ ਹੈ, ਅਤੇ ਸਾਰੇ ਪਾਸੋਂ ਦੇਖ ਲਿਆ ਜਾਵੇ ਜਾਨ ਮਾਲ ਦਾ ਨੁਕਸਾਨ ਹੈਗਾ। ਔਰ ਟ੍ਰੈਫਿਕ ਵੀ ਇਸੇ ਕਰਕੇ ਕਈ ਵਾਰ ਰੁਕ ਜਾਂਦੀ ਹੈ, ਲੰਬੇ ਲੰਬੇ ਜਾਮ ਲੱਗ ਜਾਂਦੇ ਆ ਕਿਉਂਕਿ ਮੋਹਰੇ ਖੱਡਾ ਹੁੰਦਾ, ਉਹ ਬ੍ਰੇਕ ਲਾਉਂਦਾ ਅਤੇ ਪਿੱਛੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ। ਫਿਰ ਸਰ, ਸਰਕਾਰਾਂ ਵੱਲੋਂ ਬਿਆਨ ਦਿੱਤੇ ਜਾਂਦੇ ਆ, ਵਿਕਾਸ ਕਾਰਜਾਂ ਦੇ ਬਹੁਤ ਵੱਡੇ ਵੱਡੇ ਪੱਧਰ 'ਤੇ ਚੱਲ ਰਹੇ ਆ ਔਰ ਵਿਸ਼ਵ ਸ਼ਕਤੀ ਬਣਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਅਤੇ ਅਜਿਹੇ ਵਿੱਚ ਲੋਕਾਂ ਨੂੰ ਜਿਹੜੀਆਂ ਮੁੱਢਲੀਆਂ ਸਹੂਲਤਾਂ ਸੜਕਾਂ ਦੀਆਂ ਉਹੀ ਨਹੀਂ ਨਸੀਬ ਹੋ ਰਹੀਆਂ, ਕੀ ਟਿੱਪਣੀ ਕਰੋ? ਦੇਖੋ ਜੀ, ਇਹ ਤਾਂ ਬੜੀ ਹਾਸੇ ਵਾਲੀ ਗੱਲ ਹੈ ਕਿ ਬਰਸਾਂ ਗੁਜ਼ਰ ਗਏ, ਸਰਕਾਰਾਂ ਆਈਆਂ ਗਈਆਂ, ਪਰ ਇਹ ਸੜਕਾਂ ਨਾਲੀਆਂ ਅਤੇ ਗਲੀਆਂ ਦੀਆਂ ਮਜਬੂਰੀਆਂ ਅਤੇ ਜਿਹੜੀਆਂ ਮੁਸੀਬਤਾਂ ਉਹ ਹੀ ਨਹੀਂ ਸਾਂਭੀਆਂ ਗਈਆਂ। ਅਤੇ ਵਿਕਾਸ ਕਿਹਨੂੰ ਕਹਿੰਦੇ ਆ ਮੈਨੂੰ ਤਾਂ ਸਮਝ ਨਹੀਂ ਲੱਗਿਆ। ਵਿਕਾਸ ਇੱਥੋਂ ਸਮਝਣਾ ਚਾਹੀਦਾ ਕਿ ਆਮ ਜਨਤਾ ਨੂੰ ਕੀ ਸਹੂਲਤ ਮਿਲ ਰਹੀ ਹੈ। ਵਿਕਾਸ ਉਹਨੂੰ ਨਹੀਂ ਕਹਿੰਦੇ ਕਿ ਤੁਸੀਂ ਫਲਾਈਓਵਰ ਬਣਾ ਤੇ ਜਾਂ ਕੁਛ ਵੀ ਬਣਾ ਤੇ, ਉਹਨਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਹੁੰਦਾ ਕਿ ਜਨ ਜੀਵਨ ਨੂੰ ਕੀ ਤੁਹਾਡਾ ਸਹਾਰਾ ਆ ਹਰ ਪਾਸਿਓਂ, ਇਹਨੂੰ ਵਿਕਾਸ ਕਹਿ ਸਕਦੇ ਆ ਜਿਹੜਾ ਕਿ ਅਜੇ ਤੱਕ ਨੇਲੀ ਨਜ਼ਰ ਆ ਰਿਹਾ। ਖੈਰ, ਉਹ ਤਾਂ ਇੱਕ ਸਿਸਟਮ ਹੁੰਦਾ ਜਿਹਦੇ ਅੰਦਰ ਚੱਲ ਕੇ ਕਿਸੇ ਨੇਤਾ ਨੇ ਜਾਂ ਕਿਸੇ ਲੀਡਰ ਨੇ ਕੰਮ ਕਰਨਾ ਹੁੰਦਾ। ਸ਼ਾਇਦ ਉਹ ਪੂਰਾ ਤੰਤਰ ਹੀ ਉਲਝਿਆ ਹੋਇਆ ਜਿਹਦੇ ਵਿੱਚ ਉਹ ਕੰਮ ਨਹੀਂ ਕਰਵਾ ਪਾ ਰਹੇ, ਜਾਂ ਸਿਸਟਮ ਹੀ ਇੱਦਾਂ ਦਾ ਹੈਗਾ ਕਿ ਇਹ ਪ੍ਰੋਪਰ ਤਰੀਕੇ ਨਾਲ ਟ੍ਰੀਟਮੈਂਟ ਨਹੀਂ ਮਿਲ ਰਿਹਾ। ਮੌਜੂਦਾ ਸਰਕਾਰ ਦੇ ਦਾਅਵਿਆਂ ਬਾਰੇ ਮੈਂ ਤਾਂ ਕੀ ਕਹਿਣਾ, ਸਾਰੀ ਜਨਤਾ ਹੀ ਤੁਹਾਡੇ ਸਾਹਮਣੇ ਕਹਿ ਰਹੀ ਹੈ, ਹਰ ਪੱਖ ਤੋਂ ਕਹਿ ਰਹੀ ਹੈ। ਇਹ ਜਿਹੜੇ ਦਾਅਵੇ ਆ, ਜੋ ਦਾਅਵੇ ਕਰਕੇ ਸਰਕਾਰਾਂ ਆਉਂਦੀਆਂ, ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਇਹ ਦੇਖਣਾ ਪੈਂਦਾ ਕਿ ਉਹਨਾਂ ਵਿੱਚੋਂ ਉਹਨਾਂ ਨੇ ਕੀ ਹੱਲ ਕੀਤਾ, ਕਿ ਤਾਂ ਹਕੀਕਤ ਤੁਹਾਡੇ ਸਾਹਮਣੇ ਆ। ਠੀਕ ਹੈ ਜੀ, ਸਰਕਾਰਾਂ ਬਦਲੀਆਂ ਪਰ ਹਾਲਾਤ ਨਹੀਂ ਬਦਲੇ। ਤਾਂ ਇਹ ਸਨ ਸਥਾਨਕ ਦੁਕਾਨਦਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਸੜਕ ਦੀ ਖਰਾਬ ਹਾਲਤ ਕਰਕੇ ਉਹਨਾਂ ਦੇ ਦੁਕਾਨਾਂ 'ਤੇ ਪੱਥਰ ਵੱਜਦੇ ਨੇ, ਜਿਸ ਕਾਰਨ ਦੁਕਾਨਾਂ 'ਤੇ ਲੱਗੇ ਹੋਏ ਸ਼ੀਸ਼ਿਆਂ ਦਾ ਜਿਹੜਾ ਭਾਰੀ ਨੁਕਸਾਨ ਹੁੰਦਾ ਹੈ। ਔਰ ਇਸ ਤੋਂ ਵੀ ਇੱਕ ਹੋਰ ਗੱਲ ਜਿਹੜੀ ਉਹ ਬਹੁਤ ਜ਼ਿਆਦਾ ਕਹਿ ਰਹੇ ਆ ਕਿ ਰੋਜ਼ਾਨਾ ਇੱਥੋਂ ਮੰਤਰੀ ਆ, DC ਆ, ਪ੍ਰਸ਼ਾਸਨ ਆ, ਰੋਜ਼ਾਨਾ ਇਸ ਸੜਕ ਤੋਂ ਲੰਘਦੇ ਆ, ਪਰ ਕਿਸੇ ਨੇ ਵੀ ਫਿਲਹਾਲ ਦੀ ਘੜੀ ਤੱਕ ਸੜਕ ਦੀ ਹਾਲਤ ਵੱਲ ਕੋਈ ਧਿਆਨ ਨਹੀਂ ਦਿੱਤਾ। ਕੈਮਰਾਮੈਨ ਸਤੀਸ਼ ਸ਼ਰਮਾ ਦੇ ਨਾਲ ਚੇਤਨ ਕਸ਼ਯਪ, ਦੇਖਦੇ ਰਹੋ ਹੁਸ਼ਿਆਰਪੁਰ ਨਿਊਜ਼।